कट लो मैनू भैन दो यारो, कित्थे मर गए सारे दे सारे। कड्डो मैनू भैन दो यारो, रब्बा मर गया। कोई भी बंदा सही या गलत नहीं हुंदा, किसी भी बंदे ते सही या गलत काम उदे रिश्ते करवाउंदे ने। बस आही देखना रह गया सी, तू खुद पुलिस वाला होके अपने भाई नू ड्रग्स दे रहा है। वैसे इन्ने पैसे आए कित्थों तेरे कोल? खरीदे नहीं है मैं, ये रेट छोड़े सी। ओह, एते होर भी चंगी गल ने, चोरी ते नशे दी तस्करी इक नाली हो रही है। ता की करा, अपने पुरानू तड़फदा छड़दा या गोली मारदा उनू? उनू हॉस्पिटल छड़ के आ, उथे इलाज हो सकदा इसदा। किसी दा दर्द कटाउन लई उनू जहर नहीं दिंदे हुंदे। ड्यूटी लई लेट हो रहा, आगे गल करते हैं। मिस्टर जशन, वी आर फ्रॉम नारकोटिक्स डिपार्टमेंट, साडे कोल तुहाडे घर दे सर्च वारंट ने। पर क्यों सर? क्योंकि सानू खबर मिली है कि थोड़ा भरा ड्रग्स ले रहा है, इस करके सर्च करो। जी जनाब। कल्ला कल्ला कोना छान मारो, कोई भी जगह बचनी नहीं चाहिए। इधर भी देखो सर, इधर कुछ नहीं मिल रहा जी। इधर भी देखो, एक जना। सर ए मिल रहा जी। काट के ले आओ इन्हें बाहर। जी सर। ओ हाथ ना लाओ मेनू। चलो नशेड़िया। ओ छड़ दा मेनू बुढ़ा जा। मेरी गल सुनो सर, आई एम ए रेप्यूटेड पुलिस ऑफिसर। थोड़ी रेपुटेशन का ख्याल ऐसे करके थोनू सस्पेंड कर रहे हैं, ते थोड़े ब्रदर नू असी रिहैब दे विच भर्ती करा रहे हैं। नहीं तो सजा तो यदि कोई होर सी। गलत कम्मां दी एक बड़ी गलत गल है कि वो बड़े गलत समय के सामने आउंदे ने। इन्हां ने तू बुलाया सी ना? सीरियसली? माड़े बंदे मारे जांदे भंग दे ही पाने, कुली वाले मूली वांगू छिलदे कराने। जंगल शहर सारे बंदे मास खाने, किस करेगा फर्क होगी अमृता च जहर ऐड। मैड 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 ऐते सारे यार मैड। मैड 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 सब ते किरदार मैड। तेरे नहीं करारा मैनू पट्टिया, तेरे नहीं करारा मैनू पट्टिया, नी दस मैं की प्यार बिचों खटिया। तेरे नहीं करारा मैनू पट्टिया, तेरे नहीं करारा मैनू पट्टिया। हो वाह भी वाह, क्या सुर लाता मैं, कलाकारी भी हैरान होंदी हो। हाय, किदा? वधिया जी, तुसी किवें हो? वधिया। वैसे कोरोना दा टाइम खत्म हो चुका है, अपन सोशल डिस्टेंसिंग खत्म कर सकते हैं। हाँ जी हाँ जी, मैं आना ऊपर। आजो आजो। आ, 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 आ,
ਹੈ ਜੀ ਅਸਲ 'ਚ ਚਾਹ ਲੈ ਕੇ ਆਇਆ ਸੀ ਬੇਬੇ ਤੋਂ ਬਣਵਾ ਕੇ ਤੁਹਾਡੇ ਲਈ ਓ ਦੈਟਸ ਰੀਲੀ ਸਵੀਟ ਆਫ ਯੂ ਪਰ ਮੈਂ ਸਿਰਫ ਗ੍ਰੀਨ ਟੀ ਪੀਂਦੀ ਹਾਂ ਕੋਈ ਨਾ ਜੀ ਕੱਲ ਤੋਂ ਲਿਆਵਾਂਗੇ ਹਾਲੇ ਤਾਂ ਰਹੋਗੇ ਨਾ ਦੋ ਚਾਰ ਦਿਨ ਮੇਰੇ ਕੋਲ ਮੇਰਾ ਮਤਲਬ ਸਾਡੇ ਪਿੰਡ 'ਚ ਦੋ ਚਾਰ ਦਿਨ ਦੀ ਗੱਲ ਕਰਦੇ ਹੋ ਤੁਸੀਂ ਹਾਏ ਮੇਰਾ ਤਾਂ ਮਨ ਕਰਦਾ ਕਿ ਮੈਂ ਇੱਥੇ ਪੱਕੀ ਵੱਸ ਜਾਵਾਂ ਪਰ ਇਹ ਤਾਂ ਹੋ ਨਹੀਂ ਸਕਦਾ ਨਾ ਕਿਉਂ ਜੀ ਕਿਉਂ ਨਹੀਂ ਹੋ ਸਕਦਾ ਲੈ ਮੈਂ ਕਿਹੜੀ ਇੱਥੇ ਵਿਆਹ ਕੇ ਆਈ ਹਾਂ ਜੋ ਪੱਕੀ ਵੱਸ ਜਾਵਾਂ ਮੈਂ ਤਾਂ ਇੱਥੇ ਮਹਿਮਾਨ ਹਾਂ ਤੁਸੀਂ ਹਾਂ ਤਾਂ ਕਰੋ ਵਿਆਹ ਕਰਾਉਣ ਨੂੰ ਕਿਹੜਾ ਟਾਈਮ ਲੱਗਣਾ ਜੀ ਓ ਮੈਨੂੰ ਤੁਸੀਂ ਬਹੁਤ ਫਨੀ ਹੋ ਤੁਹਾਡਾ ਨਾ ਸੈਂਸ ਆਫ ਹਿਊਮਰ ਬਹੁਤ ਸੋਹਣਾ ਹੈ ਸਹੀ ਨਾਮ ਹੈ ਤੁਹਾਡਾ ਮਨਜੀਤ ਤੁਸੀਂ ਤਾਂ ਮੇਰਾ ਮਨ ਜਿੱਤ ਲਿਆ ਥੈਂਕ ਯੂ ਜੀ ਬਹੁਤ ਬਹੁਤ ਹੁਣ ਤਾਂ ਜੀ ਮੈਂ ਤਾਂ ਮੇਰੀ ਬੇਬੇ ਦਾ ਮਨ ਨਹੀਂ ਜਿੱਤਿਆ ਗਿਆ ਹੁਣ ਤੁਸੀਂ ਆਪ ਹੀ ਦੇਖ ਲਓ ਤੁਸੀਂ ਮੇਰਾ ਕਿੰਨਾ ਸੋਹਣਾ ਨਾਂ ਰੱਖਿਆ ਮੰਨੂ ਤੇ ਮੇਰੀ ਬੇਬੇ ਮੈਨੂੰ ਮਾਣੀ ਕਹਿ ਕੇ ਬੁਲਾਉਂਦੀ ਆ ਐ ਨਹੀਂ ਲੱਗਦਾ ਜਿਵੇਂ ਕਿਸੇ ਮਰਿਆਲ ਜੀ ਬਿੱਲੀ ਦਾ ਨਾਮ ਹੋਵੇ ਮਰਿਆਲ ਬਿੱਲੀ ਮੈਨੂੰ ਤਾਂ ਇੱਦਾਂ ਲੱਗਦਾ ਜਿਵੇਂ ਇੱਥੇ ਹੀ ਰਹੀ ਨਾ ਮੈਂ ਹੱਸ ਹੱਸ ਕੇ ਮਰ ਜਾਣਾ ਨਾ ਅੱਜ ਤੋਂ ਬਾਅਦ ਜਿਹੇ ਮਰਨ ਮਰਾਉਣ ਦੀਆਂ ਗੱਲਾਂ ਕੀਤੀਆਂ ਨਾ ਤਾਂ ਮੇਰਾ ਮਰਿਆ ਮੂੰਹ ਦੇਖੋਗੇ ਮੈਂ ਨਾ ਜੀ ਹਰੀ ਚਾਹ ਲੈ ਕੇ ਆਉਂਦਾ ਤੁਹਾਡੇ ਲਈ ਨਾਲ ਉਹ ਡੱਕਰੇ ਜੇ ਕੀ ਕਹਿੰਦੇ ਆ ਹਾਂ ਪਾਸਤਾ ਠੀਕ ਹੈ ਜੀ ਚੰਗਾ ਜੀ ਉਹ ਹਾਂਜੀ ਪਾਸਤਾ ਦੀ ਜਗ੍ਹਾ ਬੋਇਲਡ ਐਗਸ ਹੋ ਸਕਦੇ ਨੇ ਬੋਇਲਡ ਐਗ ਕੋਈ ਨਾ ਜੀ ਕਰਦਾ ਹੁਣੇ ਮੈਂ ਮੁਰਗੇ ਨਾਲ ਮੇਰਾ ਮਤਲਬ ਮੁਰਗੀਆਂ ਰੱਖਣ ਵਾਲੇ ਨਾਲ ਗੱਲ ਠੀਕ ਹੈ ਜੀ ਚੰਗਾ ਫਿਰ ਮੈਨੂੰ ਲੱਗਦਾ ਡਬਲ ਬੈੱਡ ਖਰੀਦ ਹੀ ਲਵਾਂ ਐਤਕੀ ਸਿਆਲ 'ਚ ਵਿਆਹ ਹੁੰਦਾ ਦਿਖਦਾ ਹੈਲੋ ਇਹਨੂੰ ਪਟਾਉਣ ਲਈ 24 ਘੰਟੇ ਨਹੀਂ 24 ਮਿੰਟ ਵੀ ਜ਼ਿਆਦਾ ਨੇ ਬਸ ਠੀਕ ਹੈ ਫਿਰ ਤੁਸੀਂ ਬਸ ਉਹਨੂੰ ਇਹ ਯਕੀਨ ਦਿਵਾਉਣਾ ਹੈ ਕਿ ਤੂੰ ਉਹਦੇ ਕੋਲ 11 ਨੂੰ ਨਹੀਂ ਸਗੋਂ 10 ਤਰੀਕ ਨੂੰ ਆਈ ਸੀ ਆਪਣੇ ਕੋਲ ਇੱਕ ਗਵਾਹ ਹੋ ਜਾਊਗਾ ਉਹ ਹਿਸਾਬ ਦਾ ਕੱਚਾ ਹੈ ਡੇਟਾਂ ਡੂਟਾਂ ਯਾਦ ਨਹੀਂ ਰਹਿੰਦੀਆਂ ਆਪਣੇ ਹੁਸਨ ਦਾ ਜਾਦੂ ਚਲਾ ਦੇ ਵੜੇਵਾ ਯਾਰ ਇਹਨੂੰ ਕਹਿ ਜ਼ਰਾ ਆਪਣੀ ਔਕਾਤ 'ਚ ਰਵੇ ਅੱਜ ਮੇਰੇ ਮੂੰਹ 'ਤੇ ਇੱਦਾਂ ਹੱਥ ਧਰ ਦਿੱਤਾ ਜਿਵੇਂ ਮੇਰੀ ਤਾਜ਼ੀ ਤਾਜ਼ੀ ਪਤਨੀ ਹੋਵੇ ਠੀਕ ਹੈ ਕਹਿ ਦੂੰਗਾ ਮੈਂ ਓਕੇ ਅੱਛਾ ਠੀਕ ਹੈ ਹੁਣ ਮੈਂ ਲਾਈਵ ਜਾਣਾ ਮੇਰੇ ਫੋਲੋਅਰਸ ਵੇਟ ਕਰਦੇ ਹੋਣੇ ਓਕੇ ਬਾਏ Hey guys. ਲਿਆ ਵੀ ਕਰੀਏ ਫਿਰ ਰਜਤ ਦੇ ਘਰੇ ਫੋਨ ਲਿਆ ਵੀ ਕਰੀਏ ਫੋਨ ਉਹਨਾਂ ਨੂੰ ਵੀ ਹੈਲੋ ਆਈ ਅਕਲ ਟਿਕਾਣੇ ਜਾਂ ਫਿਰ ਅੱਜ ਵੀ ਵੀਰਾ ਕਹੇਗੀ ਨਾਲੇ ਆਪਣੇ ਪਿਓ ਨੂੰ ਕਹਿ ਦੀ ਦਾਜ ਦੀ ਰਕਮ ਤਿਆਰ ਰੱਖੇ ਜਗ੍ਹਾ ਮੈਂ ਤੁਹਾਨੂੰ ਥੋੜ੍ਹੀ ਦੇਰ 'ਚ ਦੱਸਦਾ ਪੈਸੇ ਲੈ ਕੇ ਆਇਓ ਨਾਲੇ ਯਾਦ ਰੱਖਿਓ ਜੇ ਕਿਤੇ ਕੋਈ ਵੀ ਹੁਸ਼ਿਆਰੀ ਕਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਫਿਰ ਤੇਰੇ ਭਰਾ ਦੇ ਟੁਕੜੇ ਟੁਕੜੇ ਤਾਂ ਤੁਹਾਡੇ ਗਾਰਡਨ 'ਚ ਖਿੰਡਾ ਹੀ ਦੇਣੇ ਨੇ ਮੈਨੇ ਪੈਸੇ ਤਿਆਰ ਰੱਖਿਓ ਦੋ ਘੰਟੇ 'ਚ ਫੋਨ ਕਰਕੇ ਦੱਸਦਾ ਕਿੱਥੇ ਲੈ ਕੇ ਆਉਣਾ ਹੈ ਨਾਲੇ ਹਾਂ ਸੱਚ ਮਾਮਿਆਂ ਤੋਂ ਥੋੜ੍ਹਾ ਦੂਰੀ ਬਣਾ ਕੇ ਰੱਖਿਓ ਨਹੀਂ ਤਾਂ ਤੁਹਾਡੀ ਮਾਂ ਭੈਣ ਕਰਦੇ ਨੂੰ ਮੈਨੂੰ ਟਾਈਮ ਨਹੀਂ ਲੱਗਣਾ ਹੈਲੋ ਹੋ ਗਿਆ ਡ੍ਰਿਸ ਹਾਂ ਹੋ ਗਿਆ ਬਾਈ ਕਿੱਥੇ ਯੂ ਪਹਾੜਾਂ ਦੀ ਤਰਫ਼ ਜਾ ਰਿਹਾ ਬਾਈ ਇਸ ਤਰਫ ਮੋਰਨੀ ਸਾਈਡ ਸਾਲਾ ਜਾਣ ਕੇ ਦੂਰ ਗਿਆ ਚੱਲ ਮੈਂ ਨਿਕਲਦਾ ਮੈਨੂੰ ਗਾਈਡ ਕਰਦਾ ਰਹੀ ਪੀਸੀ ਟ੍ਰਾਂਸਫਰ ਕਰਦਾ ਰਹੋ ਇਨਫੋਰਮੇਸ਼ਨ ਟ੍ਰਾਂਸਫਰ ਹੁੰਦੀ ਰਹੇਗੀ ਤੇ ਤੁਸੀਂ ਜਦੋਂ ਤੱਕ ਮੈਂ ਨਾ ਕਹਾਂ ਕੋਈ ਕਾਰੋਬਾਰ ਨਹੀਂ ਨਿਕਲੇਗਾ ਤੇ ਨਾ ਹੀ ਉਹਨੂੰ ਪੈਸੇ ਦੇਣ ਜਾਏਗਾ
हेलो मिस्टर जशन। हाँ जी। एक्चुअली हमने आपको ये बताने के लिए फोन किया कि आपका भाई हॉस्पिटल से भाग गया है। What? क्यों? सर अगर वो आपके पास आए तो प्लीज हमें इन्फॉर्म कीजिएगा, अदरवाइज प्लीज उसे अरेस्ट कर लीजिए। तुसी लोग ऐने लापरवाह कैसे हो सकते हो? He was fucking your responsibility. साला कुछ है ही नहीं इहदे च। जगह तो ठीक लग रही है, इतनी लग रहा है ना। भाई की दा है? भाई हैगा कोई ये दा मालक? जे इनू मैं बेच देवा, दो बार दे नशे दा तां जुगाड़ हो ही जाऊ। मैनू लगता देख लिया साले। वाह रब्बा तेरे रंग। ले दस, इन्ना तेरे फुके दूर है साला, इत्ते भी कोई देख गया? ओ भाई कट जस। आज तो जट जॉइंट व्यू। ओ या पेट्रोल छुड़कर तो पहला नहीं देख सकता सर, ऐसा तो खर्च करके मनाएगा मनाता है। भैया कितक छट दे यार। अरे भाई धन्यवाद भाई, चलिए साढ़े पिंड च ना जी दो दरवाजे ने। असल च पहला दरवाजा पिंड की एंट्री ते बनाया गया सी, ते करदे करदे लोगों ने घर बाहर पाले ते दरवाजा बेचारा पिंड दे विच आ गया। एक साढ़े पिंड च जी साथा जिथे लोग बैठ के कलोलां करदे ने। ओह यू मीन गेट टूगेदर? हुण इन्ना तां जी मैनूं हिसाब नहीं भी ओह की हुंदा। थानू इंग्लिश बोलनी नहीं आउंदी? इंग्लिश मैं तां जी हिंदी अटक अटक के बोलदा, अपना तां जी जट्टाला हिसाब है बस। नाले मान साहब ने भी तो कहा जे पंजाब च रहना तो पंजाबी बोलनी हो पैनी है। लो जी अपना खेत भी आ गया। ओ की कहंदे ने अंग्रेजी च? आफ्टर यू। मैं थोड़ी वड्डना, तुसी जाओ मैं वड्ड लेना। चलना ये यार।
हेलो किमें चल रहा स्वा चल रहे एदी ते मेरे विच कुछ भी कॉमन नहीं है गल अगे किदा बतावा ना इनू डेट्स याद रहंदियां ने और ना ही इनू अंग्रेजी बोलनी आंदी है एक मिनट आप ओदा कोई आईलेट्स टेस्ट नहीं लेना यार ओदे तो बस एक गवाही पवानी है आप ओदे नाल कोई उमरा उमरा दी सांझ नहीं पौनी हैगी हां जी चलिए जी आ जाओ फिर की पता पौनी होवे वैसे भी हैंडसम ता है ही फिजिकली भी काफी स्ट्रांग लगता है दिमाग दा की हेलो हेलो थोड़े पिंड च बारियां किन्नियां ने नहीं तुसी दरवाजे दस्से सी ना लो दसो हम जिनके पहले प्यार के चक्कर में खजल खुआर हो रहे थे और दूसरे के इश्क में बीमार हो रहे थे हुण साला जमी ठंडा हो गया मैं नहीं नौंदा यार हेलो हाँ यार किडनैपर तो मैंने घूमने फिरने का शौकीन लग रहा है भाई यार भी पहले मॉर्निंग तरफ जा रहा था ये भी खरड़ की तरफ चल दिया यार मैंने तो ये समझ में नहीं आ रहा यू किडनैपिंग करना आया कि चंडीगढ़ घूमना आया यार अरे सोचने वाली बात तो ये है खरड़ में घूमने जैसा के पड़ा यार ये बहन दे यार नु तो मैं फड़ के फेंटूंगा कोई नहीं भजन दे कितने तक पाई दे हां भाई पकड़ लिए ऑल द बेस्ट बहुत वधिया आ साडे पिंड दा गुरुद्वारा जी मगर इधर होर पलवाना ठीक है हेलो आ मेरी मासी दा घर है जी ओके ते आ अपना डंगराला घर है हाय आ अपना पुराना घर है जी वाओ आ जी अपना पुराना दरवाजा यस हां जी गाइस देखो पुराना कार लुकिंग सो गुड ना लो जी ओ आ भी शक्तिमान ले भी दे तत झूठा तेनु आज ले भी तू भी आ जा चलो चंगा चलदा फिर मैं ਕਿੱਥੇ ਕਦ ਕੌਣ ਹੈ ਫੋਨ ਵਾਲੀ ਆ ਠੀਕ ਜੀ ਲੱਗਦੀ ਹੈ ਹਾਂ ਜੀ ਚੱਲਦੇ ਆ ਹਾਂਜੀ ਬਾਈ ਆ ਫੋਨ ਵੇਚਣਾ ਯਾਰ ਦੇਖੀ ਤਾਂ ਕਿੰਨੇ ਕਦਾ ਵਿਕਜੂ ਵਿਕਤਾ ਬਥੇਰਾ ਮਹਿੰਗਾ ਜੋ ਪਰ ਮੈਂ ਚੋਰੀ ਦਾ ਮਾਰ ਨਹੀਂ ਲੈਂਦਾ ਹੈਗਾ ਬਾਈ ਤੈਨੂੰ ਕਿਹਨੇ ਕਹਿੰਦਾ ਚੋਰੀ ਦਾ ਤੇਰੀ ਸ਼ਕਲ ਨੇ ਜਾ ਤੁਰਦਾ ਉਹ ਤੋਂ ਲੈ ਯਾਰ ਬਾਈ ਤੈਨੂੰ ਮੈਂ ਸ਼ਕਲ ਤੋਂ ਚੋਰ ਲੱਗਦਾ ਯਾਰ ਯਾਰ ਹੁਣ ਤੂੰ ਮੇਰੇ ਤੋਂ ਮੂੰਹ ਤੇ ਬੇਇੱਜ਼ਤੀ ਕਰਾਉਣੀ ਹੈ ਜਾ ਮੈਂ ਸਮਝ ਗਿਆ ਵੀਰੇ ਕੋਈ ਮਜਬੂਰ ਬੰਦਾ ਨਾ ਦੁਨੀਆ ਨੂੰ ਚੋਰੀ ਲੱਗਦਾ ਆ ਮੇਰੀ ਬਾਂਹ ਨਹੀਂ ਦਿਖਦੀ ਸੱਟ ਲੱਗੀ ਹੋਈ ਆ ਇਲਾਜ ਕਰਾਉਣਾ ਜਾ ਕੇ ਮਜਬੂਰੀ ਚ ਵੇਚ ਰਿਹਾ ਬਾਈ ਪੈਸੇ ਚਾਹੀਦੇ ਅੱਛਾ ਜੇ ਆ ਗੱਲ ਹੈ ਤਾਂ ਲੋਕ ਖੋਲ ਕੇ ਦਿਖਾ ਮੈਨੂੰ ਲੋਕ ਕੀ ਲੋਕ ਹੈ ਤਾਂ ਉਹ ਬਾਈ ਜਦੋਂ ਮੈਂ ਗਿਰਿਆ ਨਾ ਮੇਰੇ ਸਿਰ ਚ ਸੱਟ ਵੱਜ ਗਈ ਸੀ ਉਹ ਲੋਕ ਮੇਰੇ ਯਾਦ ਨਹੀਂ ਹੋਣਾ ਹਾਂ ਹਾਂ ਕੌਣ ਚੋਰ ਆ ਤੇ ਕੌਣ ਚੌਕੀਦਾਰ ਆ ਸਭ ਪਤਾ ਮੈਨੂੰ ਆ ਲੋਕ ਖੋਲਣ ਲੱਗੇ ਤੇਰੇ ਸੱਟ ਵੱਜ ਗਈ 3000 ਦਊਂਗਾ ਬਾਈ ਓ ਨਾ ਨਾ ਬਾਈ ਉਹ ਮੈਨੂੰ ਐਡਵਾਂਸ ਨਹੀਂ ਚਾਹੀਦਾ ਤੂੰ ਮੈਨੂੰ ਇੱਕੋ ਵਾਰ ਚ ਹੀ ਦੇ ਦੇ ਸਾਰੇ ਨਾ ਐਡਵਾਂਸ ਨੂੰ ਪ੍ਰਾਪਰਟੀ ਵੇਚਣਾ ਹੈ ਤਾਂ ਮੈਨੂੰ ਹੈ ਚ
4000 दूंगा, लेना लै नहीं तुरदा हो। ठीक है भाई, मैं तुरी आना। जे मैं वीरे नूं दसा भी ये चोरी का फोन खरीददा ते बेचदा, वह की करूगा इहदे नाल? चल मैं दस ही दिना जाके। हैलो, की कहा तू? मैं तो कुछ नहीं कहा भाई। की वीरे नूं की दसेगा, कौन की करदा तेरा वीरा? ओ भाई, वीरा तो मेरा पुलिस दे विच आ। मैं तो यह सोच रहा सी भी जे मैं वीरे नूं दसदा ना जाके भी तू चोरी का फोन खरीददा ते बेचदा, ਤਾਂ ਉਹ ਤੇਰੇ ਨਾਲ ਕੀ ਕਰੂਗਾ? ਉਹ ਵੀਰੇ ਮੇਰੇ ਵੀਰੇ, 5000 ਚ ਡੀਲ ਫਾਈਨਲ ਕਰ, ਠੀਕ ਹੈ ਕਿ ਨਹੀਂ? ਆ ਲੈ 5000 ਦਊਂਗਾ। ਠੀਕ ਹੈ ਬਾਈ, ਧੰਨਵਾਦ ਬਾਈ ਤੇਰਾ। ਬਣਾਇਓ ਇੱਕ ਪਲੇਟ ਗੋਲ ਗੱਪੇ। खान पीने भी नहीं देंगे, खाते च लिखनी पे। हेलो जशन यार, किडनैपर का फोन बंद हो गया, पर हुणे तां बस यार ईबीबी होया बंद। इब तेरा भाई भी उसने ट्रेस नहीं कर पाओगा यार। जशन मान्या भाई, तेरा काम पूरा नहीं हो पाया, पर मेरी पेमेंट पूरी दे दियो भाई। तने मेरा तिरवाबी खर्चे कितने हैं यार? साला दो नंबर का काम करके भी पूरा नहीं पाट रहा। दे देगा ना भाई? ਤੁਸੀਂ ਕਦੇ ਇੱਕ ਗੱਲ ਨੋਟਿਸ ਕੀਤੀ ਹੈ ਕਿ ਬਾਜ਼ਾਰ 'ਚੋਂ ਗੁਜ਼ਰਦੇ ਹੋਏ ਤੁਸੀਂ ਕਿੰਨੇ ਲੋਕਾਂ ਦੇ ਕੋਲੋਂ ਲੰਘਦੇ ਹੋ, ਪਰ ਕਦੇ ਕਿਸੇ ਦਾ ਚਿਹਰਾ ਯਾਦ ਨਹੀਂ ਰਹਿੰਦਾ, ਕਿਉਂਕਿ ਤੁਸੀਂ ਕਦੇ ਕਿਸੇ ਦਾ ਚਿਹਰਾ ਦੇਖਦੇ ਹੀ ਨਹੀਂ ਹੋ। ਪਰ ਸੋਚੋ, ਜੇ ਤੁਹਾਨੂੰ ਇਹਨਾਂ ਚਿਹਰਿਆਂ ਦੇ ਵਿੱਚੋਂ ਕਿਸੇ ਨੂੰ ਲੱਭਣਾ ਹੋਵੇ, ਫਿਰ वैसे तुसी पढ़े किन्ना हो? मुंडा किन्नी करदा, कमाई कौन पुछदा? जट्टां दे या पुत्तां दी पढ़ाई कौन पुछदा? मैं तुहानू तुहाडी उम्र पुछी है? नहीं ना, क्योंकि मैनू रूल पता है। केड़ा रूल? यही कि कुड़ियां दी उम्र नहीं पुछी दी, मैं फिल्मां च देखिया। ओ, तुहाडे शौक की ने? शौक जी, वेज दसा के नॉन वेज? ओए माड़ी, तुसी रहने ही दो। ठीक है जी, रहन देने आ। तुसी टाइम पास ले की करदे हो? वेज दसा के नॉन वेज? पैण दे यारा, 2 घंटे हो गए तेरे नाल गल करदे नूं, तेरे गटर वर्गे मुंह दे विचों एक भी गल चजदी निकलदी कि नहीं निकलदी? तेरे दिमाग दे विच अकल दी थां गोबर भरिया है कि? ना तेनूं हिसाब करना आउंदा, ना तेनूं इंग्लिश बोलनी आउंदी, ना तेनूं कोई सेंस ऑफ ह्यूमर है, ना कॉमन सेंस है। मन कर दे तेनूं कक्खा दी पाणी दे वांगू चुक के मशीन विचों लगा देवां, कुछ किस काम दा? रोशनी जी, की सोच रहे हो? वेज दसा के नॉन वेज? तुसी वेज ही दस दो। वेज च जी मैं पहलवानी कर लेना थोड़ी बहुत। पहलवानी? नाइस। हाँ जी जी, ओ बापू ने जी कदी इंसान दे पुत्ता वांग पालिया नहीं, ओ तो हमेशा कहंदे सी पुत साडा झोटा है झोटा। इंसाना वांगू नहीं पालिया मतलब?
ਤੁਹਾਨੂੰ ਬਾਪੂ ਜੀ ਕਿੱਲੇ ਨਾਲ ਬਣ ਕੇ ਰੱਖਦੇ ਸੀ? ਓ ਨਹੀਂ ਜੀ ਨਹੀਂ, ਐਕਚੁਅਲੀ ਮੇਰਾ ਖਾਣ ਪੀਣ ਉਦਾਂ ਦਾ ਸੀ ਤਾਂ ਕਰਕੇ। ਮਤਲਬ ਤੁਸੀਂ ਪੱਠੇ ਖਾ ਖਾ ਕੇ ਉੱਲੂ ਦੇ ਪੱਠੇ ਬਣ ਗਏ? ਤੁਸੀਂ ਬਹੁਤ ਫਨੀ ਹੋ ਰੋਸ਼ਨੀ ਜੀ। ਉਹ ਕੀ ਕਹਿੰਦੇ ਨੇ ਅੰਗਰੇਜ਼ੀ ਚ, ਬਿਊਟੀ ਇਨ ਸਪੇਨ? ਯੂ ਮੀਨ ਬਿਊਟੀ ਵਿਦ ਬ੍ਰੇਨਸ? ਹਾਂਜੀ ਜੀ, ਇੱਕੋ ਹੀ ਗੱਲ ਆ, ਤੁਸੀਂ ਸਮਝ ਗਏ ਨਾ? ਇੱਕੋ ਗੱਲ ਨਹੀਂ ਹੈ, ਤੇਰਾ ਫੁੱਫੜ ਹੋ ਸਕਦਾ, ਤੇਰਾ ਮਾਮਾ ਨਹੀਂ ਹੋ ਸਕਦਾ ਨਾ। ਨਾਲੇ ਮੈਂ ਸਮਝੀ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਤੂੜੀ ਨਹੀਂ ਭਰੀ ਹੋਈ ਤੇਰੇ ਦਿਮਾਗ ਦੀ ਤਰ੍ਹਾਂ। ਤੈਨੂੰ ਕਿਸੇ ਚੀਜ਼ ਦੀ ਨੌਲੇਜ ਕਿਉਂ ਨਹੀਂ ਹੈ? ਅੰਨਿਆਂ ਦੀ ਤਰ੍ਹਾਂ ਹਰ ਗੱਲ ਮੰਨੀ ਜਾਂਦਾ, ਇਹ ਵੀ ਮੰਨ ਲੈਂਦਾ, ਉਹ ਵੀ ਮੰਨ ਲੈਂਦਾ, ਤੂੰ ਬੰਦਾ ਹੈ ਜਾਂ ਅੰਧਭਗਤ? ਵਾਹ ਰੋਸ਼ਨੀ ਜੀ ਵਾਹ, ਕਿਆ ਬੋਲਦੇ ਹੋ ਤੁਸੀਂ, ਮਜ਼ਾ ਆ ਗਿਆ। ਰੋਸ਼ਨੀ ਜੀ, ਮੰਨਿਆ ਕਿ ਮੇਰਾ ਦਿਮਾਗ ਬਹੁਤ ਘੱਟ ਹੈ ਬਾਕੀਆਂ ਨਾਲੋਂ, ਪਰ ਮੇਰਾ ਦਿਲ ਬਹੁਤ ਵੱਡਾ ਹੈ, ਤੇ ਮੈਂ ਚਾਹੁੰਦਾ ਕਿ ਆਪਣੇ ਇਸ ਦਿਲ ਦੀ ਸਾਰੀ ਜਗ੍ਹਾ ਤੁਹਾਡੇ ਨਾਮ ਕਰ ਦਿਆਂ। ਜੇ ਤੁਸੀਂ ਮੇਰਾ ਸਾਥ ਦਿਓ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦਾ। ਸਾਲਾ, ਯਾ ਤਾਂ ਇਹ ਬੰਦਾ ਨਾ ਜਮਾ ਹੀ ਬੇਵਕੂਫ ਹੈ ਜਾਂ ਬਾਲਾ ਹੀ ਸਮਝਦਾਰ। ਸਾਲਾ, ਇੱਥੇ ਦੀ ਮਾਰਕੀਟ 'ਚ ਆ ਕੇ ਫੋਨ ਬੰਦ ਕਿਉਂ ਹੋਇਆ? ਦੇਖ ਭਾਈ ਜਸ਼ਨ, ਅਗਰ ਕਿਡਨੈਪਰ ਦਾ ਦਿਮਾਗ ਕੰਪਿਊਟਰ ਹੁੰਦਾ ਤਾਂ ਤੇਰਾ ਭਾਈ ਨੇ ਹੈਕ ਕਰ ਲਿਆ ਹੁੰਦਾ। ਬਤਾ ਮੈਂ ਕੀ ਕਰੂੰ। ਅਰੇ ਯਾਰ, ਤੈਨੂੰ ਪੀਸੇ ਨੇ ਦੀਪ ਤੱਕ ਵੱਡਾ ਐਂਡ ਮੇਰਾ ਖੂਨ ਪੀ ਜਾ ਰਹੀ ਹੈ ਯਾਰ। ਪਤਾ ਨਹੀਂ ਇਹ ਲਗਾਈਆਂ ਇਤਨੀ ਸ਼ੋਪਿੰਗ ਕਰਕੇ ਕਿਹੜਾ ਜਾਏਗੀ। ਯਾਰ ਇਹ ਆਖਰੀ ਸ਼ੋਪ ਆ ਨਾ ਹੁਣ। ਨਾ ਕੀ ਹੈ ਯਾਰ, ਇੱਕ ਤਾਂ ਨਾ ਤੇਰੀ ਸ਼ੋਪਿੰਗ ਨਹੀਂ ਮੁੱਕਦੀ, ਜਸ਼ਨ ਆਵੇਕ ਆ ਡਰੈਸ ਕਿਵੇਂ ਸੋਹਣੀ ਹੈ, ਜਮਾ ਤੇਰੇ ਵਾਂਗੂ। ਜ਼ਿਆਦਾ ਮਸਕੇ ਨਾ ਲਾ, ਆਪਣੇ ਜੇਬ ਚੋਂ ਪੈਸੇ ਕੱਢ। ਤੂੰ ਯਾਰ ਇਹਨੂੰ ਐਡ ਕਰਕੇ ਰੱਖ ਲੈ, ਮੈਂ ਤੈਨੂੰ ਅਗਲੇ ਮਹੀਨੇ ਪੱਕਾ ਮੰਗਾ ਦੂੰਗਾ। ਅਗਲੇ ਮਹੀਨੇ? ਹੁਣ ਕੱਲ੍ਹ ਤਾਂ ਤੇਰੀ ਸੈਲਰੀ ਆਈ ਹੈ। ਡੋਂਟ ਟੈਲ ਮੀ ਜਸ਼ਨ ਕਿ ਤੂੰ ਸਾਰੇ ਪੈਸੇ ਉਸ ਨਸ਼ੇੜੀ ਤੇ ਫੂਕਤੇ। ਯਾਰ ਨਿਹਾਰੀ ਕਾ ਉਹ ਭਰਾ ਹੈ ਮੇਰਾ, ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਹਦਾ ਖਿਆਲ ਰੱਖਾਂ। ਤੇ ਮੈਂ ਹੁਣ ਮੇਰੇ ਪ੍ਰਤੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ? ਯੂ نو ਵਾਟ, ਆਈ ਐਮ ਜਸਟ ਡਨ ਵਿਦ ਦਿਸ ਸ਼ਿਟ। ਮੈਂ ਆਪਣੇ ਡੈਡ ਦੇ ਘਰ ਜਾ ਰਹੀ ਹਾਂ। ਨਿਹਾਰਿਕਾ, ਨਿਹਾਰਿਕਾ, ਡੋਂਟ ਬਿਹੇਵ ਚਾਈਲਡਿਸ਼ ਯਾਰ। ਸੀਰੀਅਸਲੀ, ਆਈ ਐਮ ਬਿਹੇਵਿੰਗ ਲਾਈਕ ਚਾਈਲਡਿਸ਼? ਤੈਨੂੰ ਪਤਾ ਚਾਈਲਡਿਸ਼ ਕੀ ਹੈ? ਮੇਰਾ ਤੇਰੇ ਪਿਆਰ 'ਚ ਪੈਣਾ ਤੇ ਉਸ ਨਸ਼ੇੜੀ ਦੀ ਸਾਰੀ ਚੋਰੀਆਂ ਨੂੰ ਅਵੋਇਡ ਕਰਨਾ। ਅੱਜ ਪੈਸੇ ਚੱਕੇ ਨੇ, ਕੱਲ੍ਹ ਤੂੰ ਮੇਰੇ ਗਹਿਣੇ ਚੱਕੂਗਾ, ਪਰਸੋਂ ਮੇਰਾ ਫੋਨ। ਉਹਨੂੰ ਨਸ਼ੇ ਦੇ ਅੱਗੇ ਕੁਛ ਨਹੀਂ ਦਿਖਦਾ। ਇੱਕ ਦਿਨ ਨਸ਼ੇ ਦੇ ਲਈ ਉਹ ਤੈਨੂੰ ਤੇ ਮੈਨੂੰ ਵੀ ਵੇਚ ਦੂਗਾ। ਮੇਰਾ ਭਰਾ ਹੈਲੋ ਹੈਲੋ ਅਰੇ ਕਿਹੜਾ ਗਿਆ ਜਸ਼ਨ, ਫੋਨ ਬਾਜ਼ਾਰ ਚ ਆ ਕੇ ਬੰਦ ਹੋਇਆ, ਤਾਂ ਹੋ ਸਕਦਾ ਫੋਨ ਵੇਚ ਦਿੱਤਾ ਹੋਵੇ। ਅਰੇ ਕੀ ਬਾਤ ਕਰਿਆ ਯਾਰ, ਤੂੰ ਕਿਡਨੈਪਰ ਨੇ 5 ਲੱਖ ਕੀ ਫਿਰੌਤੀ ਮੰਗੀ ਥੀ। ਅਰੇ ਚੋਰੀ ਕਾ ਫੋਨ ਕਿਤਨੇ ਕਾ ਵਿਕ ਜਾਏਗਾ ਯਾਰ, ਸ਼ਾਇਦ ਉਹ ਕੋਈ ਨਸ਼ੇੜੀ ਹੋਵੇ, ਪਰ ਜੇ ਐ ਹੁੰਦਾ ਤਾਂ ਉਹ ਪੈਸੇ ਜਲਦੀ ਮੰਗਾਉਂਦਾ, ਵਾਰ ਵਾਰ ਐ ਫੋਨ ਕਰੇ ਗੱਲਾਂ ਕਮਾਉਂਦਾ ਨੀ। ਅਰੇ ਕੀ ਹੋਇਆ, ਆਲ ਕਾਲ ਯੂ ਬੈਕ। ਅਰੇ ਹੋਇਆ ਕੀ,
अच्छा बोली पूछा भाई। हेलो, ਤੁਸੀਂ ਮੈਨੂੰ ਹੈਲਪ ਲਈ ਕੋਈ ਨੋਟ ਭੇਜਿਆ ਸੀ? ਮਤਲਬ ਤੁਸੀਂ ਰਜਤ ਨੂੰ ਲੱਭਣ ਲਈ ਮੇਰੇ ਤੋਂ ਕੋਈ ਮਦਦ ਮੰਗੀ ਸੀ? ਨਹੀਂ, ਤੁਸੀਂ ਤਾਂ ਆਪ ਹੀ ਆਏ ਸੀ। ਅਰੇ ਬਤਾ ਦੇ, ਕੇਸ ਸਮਝ ਮੈਂ ਆ ਗਿਆ ਤੈਨੂੰ? ਸਮਝ ਇਹ ਹੈ ਕਿ ਆਪਾਂ ਕਿੱਡੇ ਵੱਡੇ ਫੁੱਦੂ ਆ, ਉਹਨੇ ਹੀ ਮੈਨੂੰ ਇਸ ਕੇਸ ਤੇ ਲਾਇਆ। ਅਰੇ ਕਹਿਣਾ ਕੀ ਚਾਹਵਾ ਤੂੰ? ਤੇ ਜਦੋਂ ਇਹ ਮੈਂ ਕੇਸ ਛੱਡ ਕੇ ਜਾ ਰਿਹਾ ਸੀ ਨਾ, ਤਾਂ ਉਹਨੇ ਮੈਨੂੰ ਉਕਸਾਇਆ। ਅਸਲ 'ਚ ਉਹਦਾ ਕਦੇ ਪਲਾਨ ਸੀਗਾ ਹੀ ਨਹੀਂ ਉੱਥੇ ਬੁਲਾ ਕੇ ਪੈਸੇ ਮੰਗਾਉਣ ਦਾ, ਉਹ ਤਾਂ ਬਸ ਆਪਾਂ ਨੂੰ ਘੁਮਾ ਰਿਹਾ। ਕੀ ਬੋਲੇ ਜਾ ਰਿਹਾ ਯਾਰ ਤੂੰ? ਅਰੇ ਜੇ ਅਗਰ ਇਤਨਾ ਸਮਝ ਮੈਂ ਆ ਗਿਆ ਤੂੰ ਨਿਊ ਬਤਾ ਯੂ, ਹੋਇਆ ਕਿਸ ਤਰ੍ਹਾਂ ਯਾਰ? ਹੋਇਆ ਕੁਛ ਏਦਾਂ ਹੋਣਾ, ਉਹਨੇ ਕਾਲ ਕਰਨ ਤੋਂ ਬਾਅਦ ਨਾ ਫੋਨ ਕਿਤੇ ਸੁੱਟ ਦਿੱਤਾ ਹੋਏਗਾ, ਤਾਂ ਕਿ ਟਰੇਸ ਕਰਦੇ ਹੋਏ ਆਪਾਂ ਉੱਥੇ ਪਹੁੰਚੀਏ, ਤੇ ਜਦੋਂ ਪਹੁੰਚੀਏ ਤਾਂ ਆਪਾਂ ਨੂੰ ਫੋਨ ਉੱਥੇ ਮਿਲ ਜੇ। ਪਰ ਸ਼ਾਇਦ ਉਹ ਫੋਨ ਨਾ ਕਿਸੇ ਹੋਰ ਨੇ ਚੁੱਕ ਲਿਆ ਤੇ ਇਸ ਮਾਰਕੀਟ 'ਚ ਆ ਗਿਆ। ਅਰ ਫਿਰ ਉਸਨੇ ਸਿਮ ਕਿਉਂ ਨਹੀਂ ਬੰਦ ਕਰਿਆ? ਲੋਕੇਸ਼ਨ ਕਿਉਂ ਟਰੇਸ ਕਰਾਉਂਦਾ ਰਿਹਾ? ਫੋਨ ਚੱਕਣ ਵਾਲਾ ਕੋਈ ਨਾ ਕੋਈ ਨਸ਼ੇੜੀ ਰਿਹਾ ਹੋਣਾ ਜਿਹਨੇ ਇੱਥੇ ਆ ਕੇ ਫੋਨ ਵੇਚਿਆ, ਪਰ ਸ਼ਾਇਦ ਸਿਮ ਕੱਢਣਾ ਭੁੱਲ ਗਿਆ। ਜਦੋਂ ਫੋਨ ਵਿਕਿਆ ਸਿਮ ਉਦੋਂ ਬੰਦ ਹੋਈ। ਅਸਲ 'ਚ ਆਪਾਂ ਫੋਨ ਟਰੇਸ ਕਰਦੇ ਹੋਏ ਕਿਡਨੈਪਰ ਦਾ ਪਿੱਛਾ ਕਰ ਹੀ ਨਹੀਂ ਰਹੇ ਸੀਗੇ। ਅਸਲ 'ਚ ਕਿਡਨੈਪਰ ਤਾਂ ਕਿਤੇ ਹੋਰ ਹੀ ਹੈ। ਅਰੇ ਕਿਹੜਾ ਫਿਰ? ਯੈਸ ਮੈਮ, ਤੁਹਾਡਾ ਪੀਜ਼ਾ। ਪਰ ਅਸੀਂ ਤਾਂ ਕੁਝ ਆਰਡਰ ਨਹੀਂ ਕੀਤਾ। ਮੈਮ ਆਰਡਰ ਚਾਹੇ ਕੀਤਾ ਚਾਹੇ ਨਹੀਂ, ਪਰ ਪੈਸੇ ਤਾਂ ਤੁਹਾਨੂੰ ਦੇਣੇ ਪੈਣਗੇ। ਹਾਂ, ਨਹੀਂ ਤਾਂ ਤੁਹਾਡੇ ਭਰਾ ਦੀ ਜ਼ਿੰਦਗੀ ਖਤਰੇ 'ਚ ਆ ਜਾਣੀ ਹੈ। ਹਾਂ, ਕੌਣ ਹੋ ਤੁਸੀਂ? ਡੈਡੀ